ਹਾਂ ਜੀ ਤੁਸੀਂ ਸਾਰੇ ਤੇ ਸਾਰੇ ਪਾਸੇ ਵੀਡੀਓ ਪਚਾਓ ਸਾਰਿਆਂ ਨੂੰ ਦਿਖਾਇਆ ਤੁਹਾਨੂੰ ਦਿਖਾਉਣਾ ਆ ਜੀ ਤੇ ਜੌਰਪ ਚ ਕਿਹੜੇ ਦੇਸ਼ ਨੇ ਸਭ ਤੋਂ ਵੱਧ ਲੋਕਾਂ ਨੂੰ ਪੀਆਰ ਕੀਤਾ ਉਹ ਵੀ ਦਿਖਾਉਣਾ ਜੀ ਦੇਖ ਸਕਦੇ ਆ ਚੀਨ ਚ ਇੱਕ ਪਲੇਨ ਡਿੱਗ ਪਿਆ ਦੇਖ ਸਕਦੇ ਆ 3 ਮਿੰਟ ਚ 2 ਮਿੰਟ ਚ 25 30000 ਦੀ ਫੁੱਟ ਦੀ ਉਚਾਈ ਤੋਂ ਥੱਲੇ ਆ ਦੇਖ ਸਕਦੇ ਸਾਰੇ ਪਾਸੇ ਸ਼ੇਅਰ ਕਰੋ ਤੁਹਾਨੂੰ ਹੋਰ ਵੀ ਦਿਖਾਉਣਾ ਹੈ ਜੀ ਮੋਦੀ ਨੇ ਅੱਜ ਮੇਰਾ ਦਿਲ ਜਿੱਤ ਲਿਆ ਜ਼ਿੰਦਗੀ ਚ ਪਹਿਲੀ ਵਾਰ ਉਹ ਵੀ ਦਿਖਾਉਣਾ ਕਿਸ ਤਰ੍ਹਾਂ ਤੇ ਬਾਕੀ ਦੀਨ ਦੁਨੀਆਦਾਰੀ ਦੀਆਂ ਨਿਊਜ਼ ਕੀ ਚੱਲਦਾ ਪਿਆ ਦੁਨੀਆਦਾਰੀ ਚ ਭਰਾਵੋ ਮੈਂ ਸੱਚੀ ਗੱਲ ਕਹਿਣ ਲੱਗਾ ਮੈਂ ਰਾਤੀ ਜਦੋਂ ਦਿਖਾਇਆ ਪੀ 에ਅਰ ਕੈਲੀਫੋਰਨੀਆ ਇੱਕ ਮੈਂ ਦਿਖਾਇਆ ਜਿਨੀ ਮੇਰੀ ਰਾਤ ਵਾਲੀ ਵੀਡੀਓ ਦੇਖੀ ਸੁਣਿਆ ਹੋਣਾ ਤੇ ਚੰਗਾ ਹੋਇਆ ਮੈਂ ਸੋ ਮੈਂ ਤਾਂ ਭਰਾਵੋ ਦੇਖ ਲੈ ਮੇਰੀ ਜਵਾਨ ਕਾਲੀ ਆ ਮੈਂ ਕੱਲ੍ਹ ਹੀ ਕਹਿਣ ਲੱਗਾ ਸੀ ਪੀਲੇਨ ਕਰੈਸ਼ ਹੋਣ ਵਾਲਾ ਕੋਈ ਸੱਚੀ ਗੱਲ ਹੋ ਗਈ ਚੀਨ ਚ 13 ਤੇ ਟਵਿੱਟਰ ਤੇ ਦੇਖ ਸਕਦੇ ਆ ਕਿਦਾਂ 2 ਮਿੰਟ ਚ 130000 ਫੁੱਟ ਦੀ ਉਚਾਈ ਤੋਂ ਥੱਲੇ ਨੂੰ ਆਇਆ ਤੇ ਬਾਕੀ ਹੋਰ ਵੀ ਦਿਖਾਉਣਾ ਜਲਦੀ ਜਲਦੀ ਸ਼ੇਅਰ ਕਰ ਦਿਓ ਸਾਰੇ ਪਾਸੇ ਸਾਰੀ ਦੁਨੀਆ 'ਚ ਵੀਡੀਓ ਬਚਾਓ ਤੇ ਸਾਰਿਆਂ ਨੂੰ ਦਿਖਾਓ ਤੇ ਦਿਖਾਉਣਾ ਜੀ ਯੂਰਪ 'ਚ ਕਿਹੜੇ ਦੇਸ਼ ਨੇ ਸਭ ਤੋਂ ਵੱਧ ਸਿਟੀਜ਼ਨਸ਼ਿਪ ਪੀਆਰ ਦਿੱਤੀ ਲੋਕਾਂ ਨੂੰ ਤੇ ਬਾਕੀ ਚਲੋ ਆ ਜਾਓ ਕਰਦੇ ਆ ਸ਼ੁਰੂ ਆਪਣੇ ਇੰਡੀਆ ਦੀ ਮਹਿੰਗਾਈ ਤੋਂ ਬਾਈ ਜੀ ਮਹਿੰਗਾਈ ਨੇ ਬਾਈ ਦੇਖ ਸਕਦੇ ਆ ਬਹੁਤ ਜ਼ਿਆਦਾ ਮਹਿੰਗਾਈ ਹੋ ਗਈ ਆ ਤੇ ਬਹੁਤ ਮਾੜਾ ਹਾਲ ਹੈ ਤੁਸੀਂ ਵੀ ਕਮੈਂਟਾਂ 'ਚ ਲਿਖਿਓ ਚਲੋ ਅੱਜ ਆਪਾਂ ਵਿਸ਼ਾ ਰੇਡੀਓ ਤੇ ਇਹੀ ਰੱਖਾਂਗੇ ਕਿੰਨਾ ਕਸਰ ਪਿਆ ਆ ਦੇਖੋ ਜੀ ਸਾਰਾ ਕੁਝ ਤੇਲ ਦਾ ਤੇ ਦਾਮ ਕਿੰਨਾ ਸੀਗਾ ਹਾਂਜੀ ਤੇ ਬਾਕੀ ਆ ਦੇਖੋ ਮਾਰਚ 20 'ਚ ਕਿੰਨਾ ਸੀ ਤੇ ਮਾਰਚ 22 'ਚ ਕਿੰਨਾ ਦੇਖੋ 80 ਤੋਂ 100 ਦਾ ਹੋ ਗਿਆ 200 ਤੋਂ 250 ਦਾ ਸਾਰਾ ਹੀ ਕੁਝ ਜੋ ਘਰੇਲੂ ਚੀਜ਼ਾਂ ਬਾਈ ਜੀ ਚਾਹ ਪੱਤੀ ਕਾਲਗੇਟ ਹਾਂਜੀ ਜੋ ਵੀ ਆਪਾਂ ਆਪਣੇ ਜ਼ਿੰਦਗੀ ਚ ਵਰਤਦੇ ਆਂ ਦੇਖੋ ਜੀ ਕਿੱਥੋਂ ਸਾਰੇ ਹੀ ਕੁਝ ਮਹਿੰਗਾ ਹੋ ਗਿਆ ਆ ਪਰ ਜਿਹੜੇ ਭਗਤਿਆਂ ਹੋ ਜੇ ਵੀ ਕਹੀ ਜਾਂਦੇ ਬਾ ਮੋਦੀ ਜੀ ਬਾ ਹਾਂਜੀ ਤੇ ਬੇੜਾ ਗਰਕ ਕਰਤਾ ਦੇਸ਼ ਦਾ ਤੇ ਹੋਰ ਦਿਖਾਉਨੇ ਆ ਜੀ ਕੀ ਚੱਲਦਾ ਪਿਆ ਦੁਨੀਆਦਾਰੀ ਚ ਤੇ ਗੱਲਾਂ ਬਾਤਾਂ ਤੇ ਅੱਜ ਦੇ ਦਿਨ 올림픽 ਦਾ ਬਾਈਕਾਰਟ ਕੀਤਾ ਸੀ ਰਸ਼ੀਆ ਨੇ ਉਹ ਵੀ ਨਿਊਜ਼ ਦਿਖਾਉਨੇ ਆ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਜੀ ਨੇ ਐਲਾਨ ਕੀਤਾ ਇੱਕ ਨਵਾਂ ਆਪਾਂ ਟੈਲੀਗ੍ਰam ਗਰੁੱਪ ਸਾਰੇ ਜੁਆਇਨ ਕਰ ਲਓ ਉੱਥੇ ਪਾ ਦੇਣਾ ਦੇਖੋ ਜੀ ਆਪਣੇ ਇੱਥੇ ਅੰਟਾਰੀਓ ਚਿਕ ਮਹਾਜੱਤੇ ਟੈਗ ਹੋਇਆ ਤੇ ਇਹ ਤਾਂ ਵੈਸੇ ਕੈਲਗਰੀ ਦੀ ਮਸਜਿਦ ਦੀ ਤਸਵੀਰ ਹੈ ਇਹ ਆ ਜੀ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਸੀਨ ਜੀ ਤੇ ਇਹਨਾਂ ਦਾ ਕੱਦ ਹੈਗਾ ਜੀ 6 ਫੁੱਟ 7 ਇੰਚ ਹਾਂਜੀ ਸਹੀ ਸੁਣਿਆ ਤੁਸੀਂ 4 ਫੁੱਟ 7 ਇੰਚ ਇਹਨਾਂ ਦਾ ਕੱਦ ਆ ਤੇ ਬਾਕੀ ਨਾਰਮਲ ਕੱਦ ਵਾਲੇ ਇਨਸਾਨ ਦੇਖੋ ਕਿੱਡੇ-ਕਿੱਡੇ ਇਹਨਾਂ ਦੇ ਮੂਰੇ ਸੋ ਇਹ ਕੈਲਗਰੀ ਦੀ ਮਸਜਿਦ ਦੀ ਤਸਵੀਰ ਆ ਆਪਣੇ ਅੰਟਾਰੀਓ ਚ ਇੱਕ ਮਸਜਿਦ ਤੇ ਫੇਰ ਅਟੈਕ ਹੋਇਆ ਜਾਂ ਕੁਝ ਮਾੜਾ-ਮੋਟਾ ਜਾਨੀ ਜ਼ਿਆਦਾ ਨਹੀਂ ਸੋ ਜਿਹੜੇ ਮਤਲਬ ਹੇਟ ਕਰਦੇ ਆ ਦੂਜੇ ਧਰਮਾਂ ਨੂੰ ਤੇ ਉਹਨਾਂ ਨੇ ਇੱਥੇ ਤੇ ਗੋਰੇ ਕਈ ਹੁੰਦੇ ਰੈਸਿਸਟ ਤੇ ਇਹ ਇੱਥੇ ਇਹ ਨਵੇਂ ਐਲਾਨ ਹੋਰ ਕੈਨੇਡਾ ਬਾਰੇ ਕੀਤੇ ਆਪਣੇ ਟੈਲੀਗ੍ਰam ਗਰੁੱਪ ਤੇ ਦੇਖ ਲਿਓ ਉੱਥੇ ਪੋਸਟ ਕਰ ਦੂੰ ਤੇ ਦੇਖੋ ਜੀ ਇਹ ਹੈਗੇ ਜੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਤੇ ਇਹਨਾਂ ਦਾ ਕੱਦ 6 ਫੁੱਟ 7 ਇੰਚ ਆ ਤੇ ਬਾਕੀ ਕੀ ਚੱਲਦਾ ਪਿਆ ਦੁਨੀਆਦਾਰੀ ਚ ਆਪਣੇ ਜਿੱਦਾਂ ਵੀ ਯੂਕਰੇਨ ਤੋਂ ਸਾਰੇ ਭੱਜ ਰਹੇ ਯੂਕਰੇਨ ਦਾ ਇੱਕ ਐਮਪੀ ਬਾਈ ਜੀ ਸਾਰੇ ਪਾਸੇ ਹੀ ਆਲਾ ਸਾਰੀ ਦੁਨੀਆ ਦੇ ਐਮਪੀ ਐਮਐਲਏ ਜੋ ਵੀ ਆ ਕੋਈ ਚੰਗਾ ਮਿਲਦਾ ਬਾਈ ਜੀ ਕਿਸਮਤਾਂ ਵਾਲਿਆਂ ਨੂੰ 22 ਮਿਲੀਅਨ ਅਮਰੀਕਨ ਡਾਲਰ ਤੇ 1.3 ਮਿਲੀਅਨ ਯੂਰੋ ਦੇਖ ਸਕਦੇ ਆ ਸੋ 30 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ 1 ਮਿਲੀਅਨ ਦਾ 7 ਕਰੋੜ 200 ਕਰੋੜ ਰੁਪਏ ਤੋਂ ਵੱਧ ਨਾਲ ਲੈ ਕੇ ਚਲ ਗਈ ਦੇਖ ਲੋ ਕਮਲੀ ਉਹ ਲੋਕੀ ਕਹਿੰਦੀ ਕਮਲੀ 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 ਲਓ ਜੀ ਤੇ ਉਹਨਾਂ ਨੇ ਬਾਹਰ ਤੇ ਚੈੱਕਅਪ ਕੀਤਾ ਤੇ ਦੇਖ ਪਰ ਉਹ ਹੀ ਮਰਦੀ ਕੀ ਨਹੀਂ ਕਰਦੀ ਹਾਂਜੀ ਯੂਕਰੇਨ ਚ ਜੇ ਰਹਿੰਦੀ ਤਾਂ ਮਰ ਮੁਰ ਜਾਣਾ ਸੀ ਤੇ ਨੋਟ ਛੱਡਿਆਉਂਦੀ ਤੇ ਇਹਨਾਂ ਤੇ ਮਜਾਇਲ ਦੇ ਕੇ ਅੱਗ ਲੱਗ ਜਾਣੀ ਸੀ ਤੇ ਕਹਿੰਦੀ ਚਲੋ ਲੈ ਜੰਨੇ ਆ ਦੇਖ ਲਓ ਤੀਰ ਨਾਲ ਤੁੱਕਾ ਹਾਂਜੀ ਤੇ ਫਿਰ ਨਹੀਂ ਲੱਗਾ ਤੁੱਕਾ ਦੇਖ ਸਕਦੇ ਆ ਜੀ 28 ਮਿਲੀਅਨ ਅਮਰੀਕਨ ਡਾਲਰ ਅਮਰੀਕਨ ਡਾਲਰ ਆ ਤੇ ਇੱਕ ਵਾਰ ਆ ਦੇਖੋ ਜੀ ਰਾਸ਼ਟਰਪਤੀ ਦੀ ਤਸਵੀਰ ਅਮਰੀਕਨ ਡਾਲਰ ਤੇ ਤੇ 1.3 ਮਿਲੀਅਨ ਯੂਰੋ ਉਸ ਤੋਂ ਯੂਕਰੇਨ ਦੇ ਐਕਸ ਐਮ ਪੀ ਦੀ ਸਾਰੰ ਪਤਨੀ ਤੋਂ ਇਹ ਉੱਥੇ ਬਾਡਰ ਤੇ ਕੀਤਾ ਗਿਆ ਹਾਂਜੀ ਤੇ ਹੋਰ ਦਿਖਾਉਣੇ ਭਾਈ ਜੀ ਮੋਦੀ ਨੇ ਕਿਦਾਂ ਦਿਲ ਜਿੱਤਿਆ ਚਲੋ ਦਿਖਾ ਦਿੰਨੇ ਆ ਭਾਈ ਇਹ ਵੈਸੇ ਤਾਂ ਇਹਨਾਂ ਦੀ ਉਮਰ 125 ਸਾਲ ਲਿਖੀ ਆ ਰਹੀ ਹੈ ਨਿਊਜ਼ ਚ ਪਰ ਮੈਨੂੰ ਯਕੀਨ ਨਹੀਂ ਉਮਰ ਤੋਂ ਆਪਾਂ ਚਲੋ ਕੀ ਲੈਣਾ ਸਵਾਮੀ ਜੀ ਆ ਕੋਈ ਇਹਨਾਂ ਨੂੰ ਪਦਮਸ਼ਰੀ ਮਿਲਿਆ ਯੋਗਾ ਦੇ ਗੁਰੂ ਆ ਤੇ ਦੇਖ ਸਾ ਤੇ ਇਹ ਮੱਥਾ ਟੇਕ ਰਹੇ ਆ ਮੋਦੀ ਨੂੰ ਮੋਦੀ ਦੀ ਮੈਂ ਆਪਣਾ ਕਰਿਆ ਯਾਰ ਮੋਦੀ ਦਾ ਵੱਟ ਦਾ ਰੌਲਾ ਮੋਦੀ ਦੀ ਮੈਂ ਇਸ ਲਈ ਬਾਵਾ ਕੀਤੀ ਅੱਜ ਵੀ ਦਿਲ ਖੁਸ਼ ਕੀਤਾ ਕੁਰਸੀ ਤੋਂ ਉੱਠ ਕੇ ਚਲੋ ਜਿੱਦਾਂ ਵੀ ਸੀ ਮਾਣ ਸਤਿਕਾਰ ਪਾ ਮੇ ਉਮਰ ਚ ਉਹਨਾਂ ਦੀ 100 ਤੋਂ ਵੱਧ ਹੈ ਇਹਨਾਂ ਦੀ ਉਮਰ ਜਿਹੜੇ ਸੀਸ ਚ ਘਾਰੇ ਮੋਦੀ ਉਹਰੇ ਚਲੋ ਮੋਦੀ ਉੱਠਿਆ ਰਿਸਪੈਕਟ ਦਿੱਤੀ ਤੇ ਅਮਦ ਸ਼ਾ ਅਮਦ ਸ਼ਾ ਬੈਠਾ ਹੀ ਰਿਹਾ ਉੱਠਿਆ ਵੀ ਨਹੀਂ ਦੇਖ ਲਓ ਬਾਈ ਜੀ ਦੇਖੋ ਯਾਰ ਇਹ ਤਾਂ ਮੈਨਰ ਹੀ ਹੁੰਦੇ ਆ ਕਿੰਨੀ ਉਮਰ ਆ ਇਨਸਾਨ ਦੀ ਹਾਂ ਜੀ 100 ਸਾਲ ਪਲੱਸ ਆ ਵੈਸੇ ਤਾਂ 125 ਲਿਖਿਆ ਹੁੰਦਾ ਚਲੋ 100 ਮੰਨ ਕੇ ਚੱਲੋ ਸਵਾਮੀ ਜੀ ਇਹਨਾਂ ਨੂੰ ਮਿਲਿਆ ਵਾਰਡ ਆਪਣਾ ਹਨਾ ਭਾਰਤ ਦਾ ਤੇ ਦੇਖੋ ਜੀ ਉਹਨਾਂ ਨੇ ਰਿਸਪੈਕਟ ਨਾਲ ਸਿਰ ਝੁਕਾਇਆ ਤੇ ਚਲੋ ਮੋਦੀ ਉੱਠਿਆ ਉਹਨੇ ਵੀ ਰਿਸਪੈਕਟ ਦਿੱਤੀ ਅਮਦ ਸ਼ਾਹ ਦੇਖ ਲਓ ਭਰਾਵਾ ਦੇਖੋ ਬਾਈ ਜੀ ਸੋ ਆਕੜਾ ਹੈ ਪੈਸੇ ਦੀਆਂ ਹੀ ਆਕੜਾ ਹੁੰਦੀਆਂ ਆ ਹੋਰ ਕਾਦੀਆਂ ਆਕੜਾ ਵੀ ਬਾਈ ਤੂੰ ਰਿਸਪੈਕਟ ਹੀ ਦੇ ਦੇ ਚਲੋ ਉਹਨਾਂ ਨੂੰ ਨਹੀਂ ਰੋਕ ਸਕੇ ਵੀ ਇਦਾਂ ਨਹੀਂ ਕਰਨਾ ਚਾਹੀਦਾ ਸੀ ਜੋ ਵੀ ਆ ਹਾਂਜੀ ਵੀ ਤੁਹਾਡੀ ਉਮਰ ਜ਼ਿਆਦਾ ਹੈ ਚਲੋ ਇਦਾਂ ਨਾ ਕਰੋ ਚਲੋ ਜੋ ਹੋ ਗਿਆ ਠੀਕ ਆ ਵੀ ਤੁਸੀਂ ਤਾਂ ਉੱਠ ਕੇ ਮੋਰੋ ਰਿਸਪੈਕਟ ਦੇ ਦਿਓ ਅਗਲੇ ਨੂੰ ਸੋ ਮੋਦੀ ਨੇ ਰਿਸਪੈਕਟ ਕੀਤੀ ਸ਼ੁਕਰੀਆ ਨਰਿੰਦਰ ਦਾਸ ਅੰਦਰ ਦਾਸ ਮੋਦੀ ਜੀ ਧੰਨਵਾਦ ਤੁਹਾਡਾ ਤੇ ਹੋਰ ਦਿਖਾਣੇ ਬਾਈ ਤੁੰ ਦੁਨੀਆ ਬਾਈ ਇੱਕ ਗੱਲ ਆ ਯਾਰ ਸੋਸ਼ਲ ਮੀਡੀਆ ਦੇ ਫਾਇਦੇ ਵੀ ਬਹੁਤ ਆ ਨੁਕਸਾਨ ਵੀ ਬਹੁਤ ਆ ਤੁਹਾਨੂੰ ਇੱਕ ਚੀਜ਼ ਦਿਖਾਉਣਾ ਆ ਜਿਹੜੀ ਤਸਵੀਰ ਮੇਰੀ ਆ ਗਈ ਸੀ ਫਾਇਦੇ ਤੇ ਨੁਕਸਾਨ ਦਿਖਾਉਣਾ ਤੁਹਾਨੂੰ ਦੋਈ ਚੀਜ਼ਾਂ ਦਿਖਾਉਣਾ ਆ ਮੁੰਡੇ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਆ ਸ਼ਾਇਦ ਤੁਸੀਂ ਵੀ ਦੇਖ ਲਈ ਹੋਣੀ ਜਿਹਨੇ ਨਹੀਂ ਦੇਖੀ ਤੁਹਾਨੂੰ ਇੱਕ ਚੀਜ਼ ਦੱਸਦਾ ਇਹਦੀ ਵਾਇਰਲ ਹੋਈ ਬਾਈ ਜੀ ਸਾਰੇ ਚੈਨਲਾਂ ਵਾਲੇ ਆਪਣਾ ਲੋਗੋ ਲਾ ਰਹੇ ਆ ਆ ਕੋਈ ਰੈੱਡ ਐਫ ਐਮ ਆ ਉੱਥੇ ਦਾ ਲੋਕਲ ਇੰਡੀਆ ਦਾ ਤੇ ਉਹ ਰੈਡ FM ਬੈਂਗਲੌਰ ਇਨੀ ਆਪਣਾ ਲੋਗ ਉਲਾ ਲਿਆ ਹਾਂ ਜੀ ਇਹਨਾਂ ਤੇ ਤਾਂ ਉਹਨੀ ਕੇਸ ਠੋਕਦਾ ਇਹ ਮੁੰਡੇ ਨੇ ਬਾਈ ਕੀ ਕੀਤਾ ਤੁਹਾਨੂੰ ਦਿਖਾਉਣਾ ਕਹਿੰਦੇ ਜਦੋਂ ਰੱਬ ਦਿੰਦਾ ਛੱਪੜ ਪਾੜ ਕੇ ਦਿੰਦਾ ਛੱਪੜ ਕੇ ਛੱਪੜ ਜੋ ਵੀ ਆ ਬਾਈ ਸਾਨੂੰ ਨਹੀਂ ਪਤਾ ਪਰ ਇਸ ਨੂੰ ਮਿਲ ਗਿਆ ਮਿਲਿਆ ਕਿੱਦਾਂ ਬਾਈ ਇਹ ਮੁੰਡਾ ਜਾਂਦਾ ਹੁੰਦਾ ਇਹ ਆਪਣੇ ਉੱਤਰਾਖੰਡ ਦਾ ਪਹਾੜੀ ਏਰੀਏ ਦਾ ਮੁੰਡਾ ਆ ਤੇ ਇਹ ਦੌੜਦਾ ਹੁੰਦਾ ਸੀ ਹਾਂਜੀ ਮੱਕੜੀ ਤੇ ਕੰਮ ਕਰਕੇ ਰਾਤ ਨੂੰ ਦੌੜ ਕੇ 10 ਕਿਲੋਮੀਟਰ ਘਰ ਨੂੰ ਜਾਂਦਾ ਸੀ ਵਿਨੋਦ ਕਾਪਰੀ ਆ ਇੱਕ ਮਸ਼ਹੂਰ ਆ ਟਵਿੱਟਰ ਤੇ ਤੁਸੀਂ ਇੱਥੋਂ ਆਈਡੀਆ ਲਾ ਲਓ 10 ਮਿਲੀਅਨ ਤੋਂ ਵੱਧ ਵਿਊ ਹੋ ਗਏ ਆ ਹਾਂਜੀ ਬਹੁਤ ਜ਼ਿਆਦਾ ਵਾਇਰਲ ਇੰਡੀਆ 'ਚ ਵੀਡੀਓ ਹੋ ਗਈ ਆ 10 ਕਿਲੋਮੀਟਰ ਦੌੜ ਦਾ ਹੁੰਦਾ ਸੀ ਮੈਂ ਕਢੀ ਤੋਂ ਕੰਮ ਕਰਕੇ ਉਹ ਨਹੀਂ ਕਾਰ ਵਾਲੇ ਨੇ ਕਿਹਾ ਵੀ ਆ ਜਾ ਤੈਨੂੰ ਕਾਰ 'ਚ ਰਾਈਡ ਦੇ ਦੇਣਾ ਪ੍ਰਦੀਪੀ ਦਾ ਨਾਮ ਆ ਇਹ ਕਹਿੰਦਾ ਨਹੀਂ ਮੈਂ ਫੌਜ 'ਚ ਹੁਣਾ ਆ ਤੇ ਮੈਂ ਦੌੜਦਾ ਹੁਣਾ ਪ੍ਰੈਕਟਿਸ ਕਰਦਾ ਹੁਣਾ ਹੁਣ ਸਾਰੇ ਇੰਡੀਆ ਦੇ ਨਿਊਜ਼ ਵਾਲੇ ਚੈਨਲ ਇਹਦੇ ਪਿੱਛੇ ਆਈ ਦੀ ਇੰਟਰਵਿਊ ਤੁਸੀਂ ਦੇਖ ਹੀ ਲਈ ਹੋਣੀ ਚੈਨਲਾਂ 'ਤੇ ਤੇ ਫੌਜ ਨੇ ਵੀ ਇਸ ਨੂੰ ਕਿਹਾ ਆ ਵੀ ਆ ਜਾ ਤੈਨੂੰ ਭਰਤੀ ਕਾਰ ਲੈਨੇ ਆ ਸੋਈ ਦੇ ਦਾ ਰਾਤੋਂ ਰਾਤ ਭਾਗ ਖੁੱਲ ਗਿਆ ਹੁਣ ਸਾਰੇ ਹੀ ਦੇ ਕੋ ਜਾ ਰਹਾ ਕੋਈ ਇਸ ਨੂੰ ਸ਼ੂ ਦੇ ਰਿਹਾ ਮਹੰਗੇ ਮਹੰਗੇ ਕੋਈ ਕੋਸ਼ ਕੋਈ ਕੋਸ਼ ਕੋਈ ਕੋਸ਼ ਸੋ ਇਦਾਂ ਆ ਬਾਈ ਜੀ ਦੌੜਾ ਜਾਂਦਾ ਹੁੰਦਾ ਸੀਗਾ ਤੇ ਬਾਕੀ ਹੁਣ ਪਤਾ ਨਹੀਂ ਅਗਲੇ ਨੂੰ ਮਸ਼ਹੂਰੀ ਮਿਲ ਗਈ ਫੇਮ ਮਿਲ ਗਿਆ ਤੇ ਆਪਣੇ ਟਾਰਗੇਟ ਤੋਂ ਦੂਰ ਹੋ ਜੂ ਜਾਂ ਜੋ ਵੀ ਆ ਪਰ ਬੰਦੇ ਦੀ ਮਿਹਨਤ ਨੂੰ ਸਲੂਟ ਆ ਤੇ ਕਹਿੰਦਾ ਸੀ ਰਾਈਡ ਨਹੀਂ ਲੈਣੀ ਮੈਂ ਤੇ ਦੌੜਾ ਜਾਂਦਾ ਹੁੰਦਾ ਉਹ ਕਹਿੰਦਾ ਆ ਜਾ ਤੈਨੂੰ ਡਿਨਰ ਕਰਾ ਦਿੰਦਾ ਕਹਿੰਦਾ ਫਿਰ ਮੇਰਾ ਭਰਾ ਭੁੱਖਾ ਰਹ ਜੂ ਜਿਹੜਾ ਘਰੇ ਮੈਨੂੰ ੜੀਕਦਾ ਆ ਤੇ ਦੇਖ ਸਕਦੇ ਆ ਤੇ ਸਾਖਸ਼ੀ ਜੋਛੀ ਵੀ ਵਧੀਆ ਪੱਤਰਕਾਰ ਆ ਇਹਨਾਂ ਦਾ ਵੀ ਦਿਖਾ ਦਿੰਨੇ ਤੇ ਦੇਖੋ ਜੀ ਇਹਦੀ ਤੁਸੀਂ ਦੇਖ ਲਿਓ ਜੇ ਨਹੀਂ ਵੀਡੀਓ ਦੇਖੀ ਬਹੁਤ ਵਾਇਰਲ ਹੋ ਗਿਆ ਪੂਰੇ ਇੰਡੀਆ ਚ ਰਾਤੋਂ ਰਾਤ ਬਾਈ ਜੀ ਇਦਾਂ ਕਿਸਮਤ ਪਤਾ ਨਹੀਂ ਕਦੋਂ ਪਲਟਾ ਮਾਰ ਜਾਂਦੀ ਆ ਤੇ ਬਾਕੀ ਕਸ਼ਮੀਰ ਫਾਈਲਸ ਦੇਖਦੇ ਕੇ ਲੋਕ ਰੋ ਰਹੇ ਨੇ ਤੇ ਨਰਮਤਾ ਜੀ ਉਹਨਾਂ ਹੰਝੂਆਂ ਦੇ ਨੋਟ ਕਮਾ ਰਹੇ ਨੇ ਬਾਕੀ ਹੋਰ ਦਿਖਾਉਣੇ ਆ ਜੀ ਤੁਹਾਨੂੰ ਤੇ ਪਲੇਨ ਜਿਹੜਾ ਡਿੱਗਿਆ ਕਿਹੜੀ ਕੰਪਨੀ ਦਾ ਬਾਈ ਜੀ ਆਪਣੇ ਪੰਜਾਬੀ ਵੀ ਬਹੁਤ ਪ੍ਰਵਾਸੀ ਆ ਭਰਾਵੋ ਪਲੇਨ 'ਚ ਚੜਨ ਤੋਂ ਪਹਿਲਾਂ ਪੁੱਛ ਲਿਆ ਕਰੋ ਵੀ ਕਿਹੜੀ ਕੰਪਨੀ ਦਾ ਫਿਰ ਬੈਠੇ ਹੀ ਨਾ ਕਰੋ ਸਿੱਧੀ ਜੀ ਗੱਲ ਆ ਏ ਬੋਇੰਗ ਦਾ ਬਾਈ ਜੀ 4% ਸ਼ੇਅਰ ਡਿੱਪਿਆ ਹੈ ਬੋਇੰਗ 'ਚ ਨਾ ਬੈਠਿਓ ਮੈਂ ਤੁਹਾਨੂੰ ਗੱਲ ਦੱਸਤੀ ਆ ਇੱਕ ਇਹਦਾ ਪਤਾ ਨਹੀਂ ਕਦੋਂ ਇਹਦਾ ਜੀਕਰ ਦਾ ਉੱਤੇ ਨੂੰ ਠਾਣ ਨੂੰ ਆ ਜਾਂਦਾ ਏਅਰਬੱਸ ਦੇ ਨਹੀਂ ਡਿੱਗਦੇ ਨੇ ਆ ਜੀ ਬੋਇੰਗ 737 ਮੈਕਸ ਪਲੇਨ ਆ ਸਭ ਤੋਂ ਵੱਧ ਡਿੱਗੇ ਸੀ ਫਿਰ 737 ਮੈਕਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਚੜ੍ਹਨੇ ਹੀ ਨਹੀਂ ਦਿੱਤਾ ਮੋਸਟਲੀ ਹਾਂ ਜੀ ਰੋਗ ਲਈ ਰੱਖੀ ਇਹ ਹੈਗੇ ਜੀ ਬੋਇੰਗ 737 ਮੈਕਸ ਪਲੇਨ ਇਹ ਖੜੇ ਆ ਤੁਸੀਂ ਦੇਖ ਸਕਦੇ ਹੋ ਅਮਰੀਕਾ 'ਚ ਹਾਂ ਜੀ ਤੇ ਜਿਹੜਾ ਅੱਜ ਡਿੱਗਿਆ ਉਹਦਾ ਰਿਕਾਰਡ ਦਿਖਾਉਣਾ ਤੁਹਾਨੂੰ ਬਾਈ ਸੱਚੀ ਗੱਲ ਆ ਬੋਇੰਗ 'ਚ ਨਾ ਬੈਠਿਓ ਫੇਨਾ ਕਿਉ ਬਾਈ ਜੀ ਦੱਸਿਆ ਨਹੀਂ ਕਿਸੇ ਨੇ ਆ ਤੁਸੀਂ ਦੇਖੋ 737 737 800 ਜਿਹੜਾ ਡਿਗਿਆ ਦੇਖੋ ਜੀ 29000 ਫੁੱਟ ਦੀ ਉਚਾਈ ਤੇ ਜਾ ਰਿਹਾ ਸੀ ਦੇਖੋ ਜੀ ਜਾਂਦਾ 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 ਉਹ 6:19 ਮਿੰਟ ਤੇ ਇੱਥੇ ਸੀ 19 ਮਿੰਟ 48 ਸੈਕਿੰਡ ਤੇ ਇੱਥੇ ਸੀ ਤੇ ਨਾਲ ਹੀ 29 ਤੋਂ ਸਿੱਧਾ ਹੀ 3000 ਤੇ 26000 ਫੁੱਟ ਦੋ ਮਿੰਟ ਚ ਆ ਗਿਆ ਆ ਦੇਖ ਸਕਦੇ ਆ ਬਾਈ ਜੀ ਤੁਸੀਂ ਆਉਂਦੇ ਦੀ ਵੀਡੀਓ ਮੇਰੇ ਟਵਿੱਟਰ ਤੇ ਦੇਖ ਸਕਦੇ ਆ ਢਾਹਾ ਦੇਣੀ ਥੱਲੇ ਨੂੰ ਆਉਂਦਾ ਬਾਈ ਜੀ ਪਤਾ ਨਹੀਂ ਹੁਣ ਕੀ ਹੋਇਆ ਹੋਊਗਾ ਪਰ ਬੋਇੰਗ ਦਾ ਡੇੜਾ ਗਰਕ ਹੋਇਆ ਆ ਤੇ ਬੋਇੰਗ ਪਲੇਨ ਇਹਨਾਂ ਦਾ ਬਾਈ ਜੀ ਰਿਕਾਰਡ ਬਹੁਤ ਮਾੜਾ ਆ ਉਹ ਦੇਖ ਸਕਦੇ ਆ ਜਿਹੜਾ ਅੱਜ ਪਲੇਨ ਡਿਗਿਆ ਇਹਦਾ ਰਿਕਾਰਡ ਦਿਖਾ ਦਿੰਨੇ ਆ ਦੇਖੋ ਦੋ 220 ਵਿੱਚ ਕਿੱਥੇ ਡਿਗਿਆ ਸੀਗਾ ਹਾਂਜੀ ਇਹ ਸਾਰਾ ਹੀ ਬੋਇੰਗ ਦੇ ਹੀ ਡਿਗਦੇ ਆ ایرਬਸ ਦਾ ਨਹੀਂ ਕਦੀ ਇੰਨਾ ਆਉਂਦਾ ਸੋ ਦੇਖ ਸਕਦੇ ਆ ਬਾਈ ਸਾਰੇ ਦੇਸ਼ਾਂ ਦੇ ਤਰੀਕਾ ਲਿਖੀਆਂ ਆ ਸੋ ਚੜਨ ਤੋਂ ਪਹਿਲਾਂ ਪੁੱਛ ਲਿਆ ਕਰਿਓ ਭਰਾਵੋ ਬੋਇੰਗ ਦਾ ਜੇ ਬੋਇੰਗ ਦਾ ਹੋਵੇ ਫਿਰ ਤੁਸੀਂ ਛਿੱਪ ਜੀ ਆਜਿਆ ਕਰਿਓ ਕੋਈ ਚੱਕਰ ਨਹੀਂ ਤੇ ਹੁਣ ਦਿਖਾਉਣੇ ਤੁਹਾਨੂੰ ਪੀਆਰ ਸਭ ਤੋਂ ਵੱਧ ਕਿਹੜੇ ਦੇਸ਼ ਨੇ ਦਿੱਤੀ ਆਪਣੀ ਅੱਛਾ ਬੋਇੰਗ ਦੀ ਤਸਵੀਰ ਹੀ ਆ ਗਈ ਆ ਜਿਹੜਾ ਅੱਜ ਡਿਗਿਆ ਇਹ ਹੈਗਾ ਜੀ 737 800 ਪਲੇਨ ਹਾਂਜੀ ਜਿਹੜਾ ਡਿਗਿਆ 130 ਤੋਂ ਵੱਧ ਦੀ ਚ ਲੋਕ ਸੀਗੇ ਇਹ ਸਾਰਾ ਕੁਝ ਇੱਚ ਦਿਖਾਇਆ ਹੋਇਆ ਹਾਂਜੀ ਤੇ ਆਪਣਾ ਤੁਹਾਨੂੰ ਵੀ ਚੇਤਾ ਹੋਣਾ 2 ਸਾਲ ਪਹਿਲਾਂ ਯੂਕਰੇਨ ਵਾਲਿਆਂ ਦਾ ਆਪਣਾ ਆ ਸਿੱਟ ਤਾਂ ਸੀ ਨਹੀਂ ਹੈ ਨਾ ਮਿਜ਼ਾਈਲ ਦੀ ਮਾਰ ਕੇ ਉਹ ਵੀ ਇਹੀ ਪਲੇਨ ਸੀ ਆ 737 ਮੈਕਸ ਜਿਹੜਾ ਸਭ ਤੋਂ ਵੱਧ ਡਿੱਗਦਾ ਸੀਗਾ ਉਹਨੂੰ ਪਹਿਲਾ ਆਤਾ ਸੀ ਕਹਿੰਦੇ ਚਲੋ ਛੱਡੋ ਕੀ ਚੜਾਉਣਾ ਤੇ ਫਿਰ ਹੁਣ ਚੜਦੇ ਆ ਪਰ ਜੋ ਵੀ ਆ ਬਾਈ ਜੀ ਬੋਇੰਗ ਦਾ ਰਿਗਾਰਡ ਬਹੁਤ ਮੜਾ ਹੋ ਰਿਹਾ ਆ ਤੇ ਸ਼ੇਅਰ ਵੀ ਨਾਲ ਦੀ ਨਾਲ ਦੇ ਨਾਲ ਹੀ ਪਲੇਨ ਡਿੱਗਿਆ ਨਾਲ ਹੀ ਸ਼ੇਅਰ ਡਿੱਗ ਗਏ ਤੇ ਹੁਣ ਦਿਖਾਉਨੇ ਆ ਜੀ ਤੁਹਾਨੂੰ ਪੀਆਰ ਕਿਹੜੇ ਦੇਸ਼ ਨੇ ਸਭ ਤੋਂ ਵੱਧ ਯੂਰਪ ਚ ਦਿੱਤੀ ਉਹ ਆ ਜੀ ਆਪਣੇ 18000 ਤੇ ਯੂਕਰੇਨ ਦੇ ਲੋਕਾਂ ਨੂੰ ਦਿੱਤੀ ਪੀਆਰ 220 ਚ ਹਾਂਜੀ ਤੇ ਪੋਲੈਂਡ ਤੇ ਜਰਮਨੀ ਨੇ ਤੇ ਦੇਖ ਸਕਦੇ ਆ ਤੇ ਦੇਖੋ ਇਸ ਇਹ ਡਾਟਾ ਆਇਆ ਜੀ ਇਹਦਾ ਫੁੱਲ ਡਾਟਾ ਤੁਹਾਨੂੰ ਦਿਖਾਉਂਗਾ ਕਿਹੜੇ ਦੇਸ਼ਾਂ ਦੇ ਕਿੰਨੇ ਲੋਕਾਂ ਨੂੰ ਦਿੱਤੀ ਤੇ ਦੇਖ ਸਕਦੇ ਆ ਸਪੇਨ ਮੈਂ ਜਦੋਂ ਕਵੇਤ ਤੋਂ ਗਿਆ ਸੀ ਮੈਂ ਕਿਉਂ ਸਪੇਨ ਗਿਆ ਸੀ ਬਾਕੀ ਦਾ ਸਾਰੀ ਹੁਣ ਦੁਨੀਆ ਨੂੰ ਪਤਾ ਹੀ ਆ ਸਪੇਨ ਤੇ ਪੁਰਤਗਾਲ ਯੂਰਪ ਦੇ ਦੋ ਇਹੇ ਮੁਲਕ ਆ ਜਿਹੜੇ ਪੇਪਰ ਦਿੰਦੇ ਆ ਬਾਈ ਜੀ ਪੈਸਾ ਤਾਂ ਸਾਰੀ ਉਮਰ ਕਮਾਉਣਾ ਜੀ ਨੇ ਪੇਪਰ ਲੈਣੇ ਹੁੰਦੇ ਨਵਾਂ ਯੂਰਪ ਜੀ ਜਾਂਦਾ ਪੁਰਤਗਾਲ ਜਾਂ ਸਪੇਨ ਚ ਜਾਓ ਸੋ ਸਪੇਨ ਚ 3 ਸਾਲ ਬਾਅਦ ਮਿਲ ਜਾਂਦੇ ਆ ਜੇ ਤੁਹਾਡਾ ਸਾਰਾ ਕੁਝ ਠੀਕ ਆ 4 ਸਾਲ ਲਾ ਕੇ ਚੱਲੋ ਸੋ ਦੇਖ ਸਕਦੇ ਆ 27 ਦੇਸ਼ ਆ ਆਪਣੇ ਸ਼ੈਨੇਗਨ ਵਾਲੇ ਤੇ ਉਹਨਾਂ ਨੇ 729000 ਲੋਕਾਂ ਨੂੰ ਪੂਰੇ ਜਿਹੜੇ 27 ਦੇਸ਼ ਆ ਉਹਨਾਂ ਚੋਂ ਸਭ ਤੋਂ ਵੱਧ ਸਪੇਨ ਤੇ ਹਾਲੈਂਡ ਨੇ ਪੇਪਰ ਦਿੱਤੇ ਆ ਦੇਖੋ ਜੀ ਤੇ ਬਾਕੀ ਕਿੱਥੋਂ ਆਉਂਦੇ ਆ ਲੋਕ ਸਭ ਤੋਂ ਜ਼ਿਆਦਾ ਸੁਮਰਕੋ ਕਿਉਂਕਿ ਮਰਕੋ ਦਾ ਪਿੰਦਾ ਹੀ ਸਪੇਨ ਨਾਲ ਆ ਉਹ ਬਾਰਡਰ ਟੱਪ ਕੇ ਜਿੱਦਾਂ ਮੈਕਸੀਕੋ ਅਮਰੀਕਾ ਵਾਲਾ ਆ ਸੋ ਆਪਣੀ ਜਿਹੜੀ ਡੌਂਕੀ ਪੰਜਾਬੀ ਮੁੰਡੇ ਵੀ ਜਿੰਨੇ ਵੀ ਸਪੇਨ ਚ ਗਏ ਉਹ ਜਿਹਨੀਆਂ ਡੌਂਕੀ ਲਾਈਓ ਆ ਉਹ ਵੀ ਮਰੱਕੋ ਦੇ ਰਾਹ ਰਾਈਂ ਗਏ ਆ ਸੋ ਸਭ ਤੋਂ ਵੱਧ ਮਰੱਕੋ ਦੇ ਹੀ ਆ ਉੱਥੋਂ ਹਨਾ ਜਿੱਥੇ ਮੈਂ ਰਹਿੰਦਾ ਸੀ ਤੋਰੇ ਪਚੀਕੋ ਮੁਰਸ਼ੀ ਉੱਥੇ ਵੀ ਮਰੱਕੇ ਹੀ ਆ ਹਾਂਜੀ ਫੇਰ ਆ ਅਲਬਾਨੀਆ ਇਹ ਵੀ ਯੂਰਪ ਚ ਆ ਪਰ ਸ਼ੇਰਿੰਗਨ ਚ ਨੀਗਾ ਹਾਂਜੀ ਸੋ ਦੇਖ ਸਕਦੇ ਆ ਸਾਰਾਈ ਚ ਡਾਟਾ ਸੋ ਪੂਰਾ ਇਹਦਾ ਫੁੱਲ ਡਾਟਾ ਆਪਾਂ ਤੁਹਾਨੂੰ ਦਿਖਾਵਾਂਗੇ ਭਈ ਇੰਡੀਆ ਦੇ ਕਿੰਨੇ ਸੀ ਕਿਹੜੇ ਦੇਸ਼ ਦੇ ਕਿੰਨੇ ਸੀ ਤੇ ਕਿਹੜੇ ਦੇਸ਼ ਨੇ ਕਿਹੜੇ ਦੇਸ਼ ਦੇ ਕਿੰਨੇ ਲੋਕਾਂ ਨੂੰ ਪੀਆਰ ਸਿਟੀਜ਼ਨਸ਼ਿਪ ਦਿੱਤੀ ਆ ਸਾਰੇ ਹੀ ਤੁਹਾਡੇ ਨਾਲ ਆਪਾਂ ਬਾਰਤਾਲਾਭ ਕਰਾਂਗੇ ਹੋਰ ਕਰਨਾ ਵੀ ਕੀ ਆ ਤੇ ਹੁਣ ਦਿਖਾਉਨੇ ਆ ਜੀ ਤੁਹਾਨੂੰ ਅੱਜ ਦੇ ਦਿਨ ਕੀ ਪਾਣਾ ਵਰਤਿਆ ਸੀ ਅੱਜ ਦੇ ਦਿਨ ਬਾਈ ਜੀ ਬਾਈਕਾਡ ਕੀਤਾ ਸੀਗਾ ਅਮਰੀਕਾ ਨੇ ਆਪਣੀਆਂ ਉਹ ਜਿਹੜਾ ਮੈਂ ਕੱਲ ਵੀ ਦੱਸਿਆ ਸੀ ਆਪਣਾ ਜਿੰਮੀ ਕਾਰਟਰ ਦੇ ਨਾਂ ਤੇ ਇੱਕ ਪਿੰਡ ਹੈ ਆਪਣੇ ਇੰਡੀਆ ਚ ਕਾਰਤਰਪੁਰੀ ਤੋਂ ਅੱਜ ਦੇ ਦਿਨ 1980 ਚ ਜਿੰਮੀ ਕਾਰਟਰ ਨੇ ਕਹਿੰਦਾ ਸੀ ਆਪਾਂ ਨਹੀਂ 올림픽 ਚ ਜਾਣਾ ਮਾਸਕੋ 올림픽 ਹੋਈਆਂ ਸੀ 80 ਚ ਹਾਂਜੀ ਕਿਉਂਕਿ ਫਖਾਨਿਸਤਾਨ ਚ ਸੋਵੀਅਤ ਯੂਨੀਅਨ 79 ਤੋਂ 99 ਤੱਕ ਰਿਆ 79 ਚ ਚਲ ਗਿਆ ਸੀ 89 ਚ 올림픽 ਆ ਗਈਆਂ ਅਮਰੀਕਾ ਵਾਲੇ ਕਹਿੰਦੇ ਆਪਾਂ 올림픽 ਚ ਜਾਣਾ ਨਹੀਂ ਗਾ ਸੋ ਅਮਰੀਕਾ ਦੇ ਨਾਲ ਨਾਲ ਕਿਸ ਨੇ ਬਾਈਕਾਰਡ ਕੀਤਾ ਸੀ ਨਾ 올림픽 ਦਾ ਉਹਦਾ ਡਾਟਾ ਦਿਖਾਉਣੇ ਆ ਤੇ ਫਿਰ ਉਹੀ ਗੱਲ ਆ ਜਾ ਵੀਰ ਇੱਧਰ ਨੂੰ ਫਿਰ ਉਹੀ ਗੱਲ ਆ ਫਿਰ ਆ ਜਾ ਇੱਧਰ ਨੂੰ ਦਾ ਭਾਵ 84 ਚ ਫਿਰ ਹੋਈਆਂ ਸੀਗੀਆਂ ਅਮਰੀਕਾ ਚ 올림픽 ਹਾਂਜੀ ਐਲ ਏ 올림픽 ਸੋ ਜਿਨ੍ਹਾਂ ਚ ਆਪਣਾ ਭਾਰਤੀ ਵੀ ਗਏ ਸੀ ਸੋ ਇਹ ਹੈ ਜੀ 80 ਦੀਆਂ 올림픽 ਇਹ ਦੇਸ਼ਾਂ ਨੇ ਨਹੀਂ ਬਾਈਕਾਟ ਕੀਤਾ ਦੇਖ ਸਕਦੇ ਆ ਤੇ 80 ਦੀਆਂ 올림픽 ਸੱਚ ਆਹੋ ਆ ਜਿਹੜੇ ਦੇਸ਼ ਆ ਇੰਡੀਆ ਨੇ ਨਹੀਂ ਸੀ ਬਾਈਕਾਟ ਕੀਤਾ ਰਸ਼ੀਆ ਆ ਪਾਕਿਸਤਾਨ ਨੇ ਬਾਈਕਾਟ ਕੀਤਾ ਸੀ 80 ਦੀਆਂ 올림픽 ਦਾ ਇਹਨਾਂ ਦੇਸ਼ਾਂ ਨੇ ਬਾਈਕਾਟ ਕੀਤਾ ਇਹ ਦੇਸ਼ 80 ਦੀਆਂ 올림픽 ਚ ਨਹੀਂ ਗਏ ਸੀਗੇ ਹਾਂਜੀ ਕੈਨੇਡਾ ਅਮਰੀਕਾ ਹੋ ਗਿਆ ਮੈਕਸੀਕੋ ਗਿਆ ਸੀਗਾ ਤੇ ਬਾਕੀ ਹੋਰ ਹਿਸਾਬ ਆ ਹਾਂਜੀ ਇਸ ਵੇਲੇ ਵੀ ਇਹੀ ਸੇਮ ਦੇਸ਼ ਜਿਹੜੇ ਆਪਣੇ 80 ਚ ਖੜੇ ਸੀਗੇ ਰਸ਼ੀਆ ਨਾਲ ਪਈ ਤੁਹਾਡੇ ਦੇਸ਼ ਚ 올림픽 ਹੋ ਰਹੀਆਂ ਆਪਾਂ ਖੇਡਣ ਆਵਾਂਗੇ ਇਸ ਵੇਲੇ ਵੀ ਉਹੀ ਦੇਸ਼ ਰਸ਼ੀਆ ਦੇ ਨਾਲ ਖੜੇ ਆ ਸੋ ਇੰਡੀਆ ਰਸ਼ੀਆ ਤੋਂ ਤੇਲ ਲੈ ਰਿਆ ਆ ਹਾਂਜੀ ਸਾਰੇ ਕੁਝ ਇਹ ਜਿਹੜੇ ਚਿੱਟੇ-ਚਿੱਟੇ ਦੇਸ਼ ਆ ਇਹ 올림픽 ਖੇਡਣ ਗਏ ਸੀਗੇ ਅਨੀਲੇ ਦੇਸ਼ ਨਹੀਂ ਸੀ ਗਏ ਹਾਂਜੀ ਸੋ ਪਾਕਿਸਤਾਨ ਨਹੀਂ ਸੀ ਗਿਆ ਹੋਰ ਬਾਕੀ ਤੇ ਬਾਕੀ ਫਿਰ 84 ਚ 올림픽 ਆ ਗਈਆਂ ਅਮਰੀਕਾ ਚ ਫਿਰ ਉਹ ਕਹਿੰਦੇ ਤੋ ਤੁਸੀਂ ਨਹੀਂ ਸਾੜਿਆ ਆਪਾਂ ਵੀ ਨਹੀਂ ਤੁਹਾਡੇ ਹੁਣ ਫਿਰ 84 ਚ ਆ ਗਈਆਂ ਉਧਰ ਤੇ ਫਿਰ ਇਹ ਦੇਸ਼ ਨਹੀਂ ਸੀਗੇ 84 ਦੀਆਂ 올림픽 ਚ ਆ ਦੇਖ ਸਕਦੇ ਆ ਇੰਡੀਆ ਵਾਲੇ 80 ਚ ਵੀ ਚਲ ਗਿਆ 84 ਚ ਵੀ ਚਲ ਗਿਆ ਤੁਹਾਡੇ ਨੇ ਯਾਰੀ ਆ ਦੋਏ ਪਾਸੇ ਰੱਖਦੇ ਆ ਇਹ ਇਹ ਸਟਰੈਕਟਰ ਜੀ ਕੀ ਕਹਿੰਦੇ ਨੇ ਸਟਰੈਕਟਰ ਜੀ ਇਹ ਵਧੀਆ ਆ ਸੋ ਜਿਹੜਾ ਸੀਦਿਆਂ 올림픽 ਫੇਰ ਹੋਈਆਂ ਅਮਰੀਕਾ ਚ ਫਰੇ ਦੇਸ਼ ਨਹੀਂ ਗਏ ਹਾਂ ਜੀ ਆ ਰਸ਼ੀਆ ਹੋ ਗਿਆ ਬਾਕੀ ਹੋਰ ਦੇਸ਼ ਹੋ ਗਿਆ ਇਧਰੋਂ ਆਪਣੇ ਆ ਬੀਏਤਨਾਮ ਹੋ ਗਿਆ ਮੰਗੋਲੀਆ ਹੋ ਗਿਆ ਸੋ ਇਧਰੋਂ ਆਫਰੀਕੀ ਦੇਸ਼ ਹਨ ਜੀ ਤੇ ਦੇਖੋ ਤੇ ਇਧਰੋਂ ਜਿਹੜਾ ਕਿਊਬਾ ਆ ਸਦਾ ਹੀ ਰਸ਼ੀਆ ਦੇ ਨਾਲ ਆ ਸ਼ੁਰੂ ਤੋਂ ਹੀ ਕਿਊਬਾ 올림픽 ਚ ਅਮਰੀਕਾ ਚ ਨਹੀਂ ਖੇਲਣ ਗਿਆ ਸੀਗਾ ਇਹ ਕਿਊਬਾ ਆ ਹੋਰ ਦਿਖਾਉਣੇ ਆ ਜੀ ਦੋ ਤਸਵੀਰਾਂ ਤੇ ਵੱਧੋਬਾ ਦਿੱਦਾਂ ਦੀਆਂ ਚੀਜ਼ਾਂ ਸਾਂਝੀਆਂ ਕਰਿਆ ਕਰੋ ਮੈਨੂੰ ਵੀ ਖੁਸ਼ੀ ਹੁੰਦੀ ਆ ਵੀ ਬਾਈ ਜੀ ਹਾਂ ਜੀ ਇੰਟਰਸਟ ਆ ਤੇ ਬਾਕੀ ਫਿਰ ਹੌਸਲਾ ਹੁੰਦਾ ਵੀ ਤੁਸੀਂ ਲਾਈਕ ਕਰਦੇ ਨਾ ਚੀਜ਼ਾਂ ਨੂੰ ਪਸੰਦ ਕਰਦੇ ਫਿਰ ਹੋਰ ਲੱਭ ਲੱਭ ਕੇ ਲਿਆਈਦੀਆਂ ਹਾਂਜੀ ਤੇ ਦੋ ਤਸਵੀਰਾਂ ਹੋ ਰਿਆ ਤੇ ਫਿਰ ਦਿਖਾਉਣੇ ਆ ਜੀ ਤੁਹਾਨੂੰ ਲਓ ਜੀ ਭਾਈ ਮੋਦੀ ਦੀ ਕਿਰਪਾ ਅਡਾਨੀ ਅੰਬਾਨੀ ਲਾਲाराम ਦੇਵ ਇੱਕ ਛੰਛਣ ਵਾਲਾ SDV Airline ਸ਼ੁਰੂ ਹੋ ਰਹੀ ਆ ਜਲਦੀ ਇੰਡੀਆ ਚ ਤੇ ਇਸ ਨੇ ਵੀ ਬਾਈ ਜੀ ਦੇਖ ਸਕਦੇ 371 ਕਰੋੜ ਰੁਪਏ ਦੇ 12 ਅਪਾਰਟਮੈਂਟ ਲਏ ਆ ਇਹ ਵੀ ਘਰ ਪਾਉਣ ਲੱਗਾ ਕਹਿੰਦਾ ਕਹੋਂਦਾ ਇੰਡੀਆ ਚ ਸੋਈ ਦੇ ਬੇ ਘਰ ਦੀਆਂ ਗੱਲਾਂ ਹੋਣਗੀਆਂ ਜਿੱਦਾਂ ਅਮਬਾਨੀਆ ਦੇ ਘਰ ਦੀਆਂ ਹੁੰਦੀਆਂ ਛੁੰਛਣ ਵਾਲਾ ਜੀ ਦਾ ਘਰ ਆ ਰਿਹਾ ਆ 371 ਕਰੋੜ ਅਜੇ ਤਾਂ ਬਾਕੀ ਪਾਰਟਮੈਂਟ ਲਏ ਆ 375 ਕਰੋੜ ਦੇ ਅਜੇ ਖਰਚਾ ਕਰਨਾ ਆ ਜਿਹੜਾ ਇਹ ਨਹੀਂ ਕਿ 375 ਕਰੋੜ ਚ ਸਾਰਾ ਕੁਝ ਹੀ ਨੇ ਕਰ ਲਿਆ ਸੋ ਦੇਖ ਸਕਦੇ ਆ 70000 ਸਕੁਅਰ ਫੁੱਟ 70000 ਸਕੁਅਰ ਫੁੱਟ ਇੱਥੇ ਜੇ ਮੈਂ ਗੱਲ ਕਰਾਂ 70000 ਕਿੰਨਾ ਹੁੰਦਾ ਇੱਥੇ ਜਿਹੜੇ ਨਾਰਮਲ ਘਰ ਆ ਸਰੀ ਚ 5 ਜਾਂ 7000 ਆ ਸੋ ਦੇਖੋ ਜੀ ਕਿੰਨਾ ਵੱਡਾ ਹੋਊਗਾ ਹਾਂਜੀ 12 ਪਾਰਟਮੈਂਟ ਲਏ ਆ ਤੇ ਅਜੇ ਤਾਂ ਇਹਨੇ ਪਾਰਟਮੈਂਟ ਇੰਨੇ ਦੇ ਲੈ ਖਰਚਾ ਜਦੋਂ ਕਰਨਾ ਫਿਰ ਘਰ ਤੇ ਬਾਈ ਮਾਇਆ 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 ਮੂਣੀ ਹਾਂਜੀ ਤੇ ਤਸਵੀਰ ਰਹਿ ਗਈ ਇੱਕ ਹੋਰ ਤੇ ਫਿਰ ਚਲਦੇ ਆਂ ਬਾਈ ਤੇ ਦਿਖਾਉਨੇ ਆ ਤੁਹਾਨੂੰ ਰੇਡੀਓ ਤੇ ਜਾ ਕੇ ਬਿਸ਼ਾ ਰੱਖਦੇ ਆ ਜਿੱਦਾਂ ਆਪਣੇ ਗੋਦੀ মিডিਆ ਇਦਾਂ ਹੀ ਅਮਰੀਕਾ 'ਚ ਵੀ ਹੈਗਾ ਆ ਜਿਹੜਾ ਫੌਕਸ ਨਿਊਜ਼ ਆ ਇਹ ਜਿੱਦਾਂ ਵੀ ਅਮਰੀਕਾ 'ਚ ਵੀ ਸਾਰੇ মিডিਆ ਸਾਰੀ ਦੁਨੀਆ ਦੀ মিডিਆ ਇਦਾਂ ਦਾ ਹੁੰਦਾ ਇੱਕ ਪੱਖ ਦੀ ਹਮੇਸ਼ਾ ਹੀ ਗੱਲ ਕਰਦਾ ਹੁੰਦਾ ਹਾਂਜੀ ਤੇ ਆ ਦੇਖ ਸਕਦੇ ਇਦਾਂ ਹੀ ਫੌਕਸ ਨਿਊਜ਼ ਦਾ ਫੌਕਸ ਨਿਊਜ਼ ਦਾ ਕੈਪਸ਼ਨ ਦੇਖੋ ਕਹਿੰਦੇ ਯੂਕਰੇਨ ਦਾ ਰਾਸ਼ਟਰਪਤੀ ਮਿੰਤਾ ਕਰਦਾ ਆ ਤੀਜਾ ਵਿਸ਼ਵ ਯੁੱਧ ਲੱਗਣ ਲੱਗਾ ਆ ਦੇਖੋ ਥਰਡ ਵਾਰ ਦਵਾ ਕਹਿੰਦਾ ਤੀਜਾ ਵਿਸ਼ਵ ਯੁੱਧ ਲੱਗਣ ਲੱਗਿਆ ਤੇ ਜੋ ਬਾਈਡਨ ਹੁਣ ਹੀ ਸਾਈਕਲ ਤੇ ਵਿੱਚ ਤੇ ਨਜ਼ਾਰੇ ਲੈਣ ਰਹੇ ਆ ਸੋ ਦੇਖ ਸਕਦੇ ਆ ਤੁਹਾਡੇ ਸਾਹਮਣੇ ਆ ਇਹਨਾਂ ਦਾ ਕੈਪਸ਼ਨ ਦੇਖੋ ਫੌਕਸ ਨਿਊਜ਼ ਦਾ ਇਹ ਟਰੰਪ ਪੱਖੀ ਆ ਇਹ ਚੈਨਲ ਸੋ ਇਦਾਂ ਹੀ ਸਾਰੀ ਦੁਨੀਆ ਦੀ ਮੀਡੀਆ ਇਦਾਂ ਹੀ ਹੁੰਦਾ ਸੋ ਸਰਕਾਰ ਦੇ ਪੱਖੀ ਜਾਂ ਵਿਰੋਧੀ ਮੇਨ ਤੌਰ ਤੇ ਹੁੰਦਾ ਹੀ ਆ ਸੋ ਇਹ ਖਾਸ ਟਰੰਪ ਦਾ ਹੀ ਚੈਨਲ ਆ ਹਾਂਜੀ ਤੁਸੀਂ ਦੇਖੋ ਜੀ ਸੋ ਕਹਿੰਦੇ ਆ ਨਜ਼ਾਰੇ ਲੈਂਦਾ ਤੇ ਬਾਕੀ ਜੀ ਮਿਲਦੇ ਆ ਰੇਡੀਓ ਦੇ ਵਿਸ਼ਾ ਰੱਖਦੇ ਆ ਤੇ 9:17 ਹੋ ਗਿਆ ਚਾਹ ਪੀ ਕੇ ਮੋ ਚਲਿਏ ਛਾਲ ਮਾਰ ਕੇ ਰੇਡੀਓ ਤੇ 30 40 ਮਿੰਟ ਤੱਕ ਤੁਸੀਂ ਸਾਰੇ ਕੌਲਾਂ ਕਰਿਓ ਤੇ ਰਿਕੁਐਸਟ ਆ ਬਾਈ ਜੀ ਕਲਿੱਕਾਂ ਨਹੀਂ ਹੁੰਦੀਆਂ ਸੋ ਕਲਿੱਕ ਕਰ ਦਿਆ ਕਰੋ ਭਰਾਵਾ ਜਦੋਂ ਚੈਨਲ ਖੋਲਦੇ ਆ ਉੱਤੇ ਹੀ ਲਿੰਕ ਆ ਆ ਲਓ ਜੀ ਹਿੰਦੀ ਰੇਡੀਓ ਡਾਟ ਸੀਏ ਕਿੰਨਾ ਕੰਮ ਆ ਯਾਰ ਇੱਕ ਸਿਰੇ ਤੇ ਐਡ ਆਉਣੀ ਏਕ ਆਪਣੇ ਸਿਰ ਤੇ ਆਉਣੀ ਆ ਲਓ ਜੀ ਇਹਨੂੰ ਓਪਨ ਕੀਤਾ ਐਡ ਓਪਨ ਹੋ ਗਈ ਚਾਲ ਜੀ ਚਲੋ ਮੇਰਾ ਨੈਟ ਥੋੜਾ ਫਾਸਟ ਆ ਹੈਨਾ ਭਈ 7 ਜੀਬੀ ਆ ਮੇਰੇ ਜਲਦੀ ਐਡ ਖੁੱਲ ਜਾਂਦੀ ਏ ਤੁਹਾਡੇ ਜੇ ਨੈਟ ਸਲੋ ਆ ਥੋੜਾ ਹੌਲੀ ਓਪਨ ਹੋ ਹਾਂਜੀ ਏਕੇ ਆ ਲਓ ਜੀ ਆ ਲਓ ਇੰਨਾ ਕੰਮ ਆ ਭਰਾਵੋ ਹਾਂਜੀ ਕੀ ਆ ਤੇ ਓਕੇ ਜੀ ਕਰ ਦਿਓ ਸਾਰੇ ਕਲਿੱਕ ਤੇ ਮਿਲਦੇ ਆ ਰੇਡੀਓ ਤੇ ਰਿਕੁਐਸਟ ਆ ਇੱਕ ਤੇ ਕਢਾਉਣੇ ਆ ਭੇਡਾਂ ਦੀਆਂ ਚੀਕਾਂ ਤੇ ਓਕੇ ਜੀ ਕਰ ਦਿਓ ਕਲਿੱਕ ਆਇਆ ਮੈਂ 30 ਮਿੰਟ ਤੱਕ ਲੈਨੇ ਕੋਲਾ ਭੇਡਾਂ ਦਾ ਕਾਲ ਹਿੰਦੀ ਜਸਵਾਲ